ਨੀ ਸਾਡੀ ਅੜਗੀ ਕਰਾਰੀ ਉਹ ਲਾਉਣੀ ਤੇਰੇ ਨਾਲ ਯਾਰੀ। 25 ਗੇਰਾ ਟਰੈਕਟਰ ਬਾਈ ਜੀ ਨਵਾਂ ਨਵਾਂ ਆਇਆ, 25 ਸਾਲ ਪੁਰਾਣੀ ਗੱਲ ਹੋਣੀ ਆ। ਬਠਿੰਡੇ ਸ਼ੋਰੂਮ ਖੋਲਿਆ, ਮੁੱਖ ਮੰਤਰੀ ਵੱਡਾ ਬਾਪੂ ਸੀ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ। ਬਾਦਲ ਸਾਹਿਬ ਨੂੰ ਰੀਬਨ ਕੱਟਣ ਵਾਲੇ ਸੱਦ ਰਿਹਾ, ਕਹਿੰਦੇ ਚਾਰ ਸ਼ਬਦ ਟਰੈਕਟਰ ਬਾਰੇ ਬੋਲ ਦਿਓ, ਤੁਹਾਡੇ ਮਗਰ ਜੱਟ ਵਾਹ ਵਾਹ ਲੱਗਦੇ ਨੇ। ਇੱਧਰ ਨੂੰ ਰਿਹੋ ਥੋੜ੍ਹਾ ਜਾ, ਇਹ ਨਹੀਂ ਹੁੰਦੀ ਇਹਦਾ ਜੜੀ ਹੋਈ ਆ ਕੈਮਰੇ ਵਾਲਿਆਂ ਨੂੰ। ਤੁਸੀਂ ਕਹਿੰਦੇ ਇੱਥੇ ਰਹੋ, ਕੈਮਰੇ ਵਾਲੇ ਕਹਿੰਦੇ ਇੱਥੇ ਰਹੋ, ਫਿਰ ਫੁੱਟ ਆਹੂ ਰਲ ਮਿਲ ਕੇ ਜਿਹੜੀ ਐਸਟੀਮੇਟ ਕਰੀ ਜਾਓ, ਨਾਲੇ ਤੁਸੀਂ ਰੌਲਾ ਹੀ ਪਾਉਣਾ ਜਿੱਥੇ ਮਰਜ਼ੀ ਖੜ ਕੇ ਪਾਈ ਜਾਓ ਯਾਰ, ਝੱਕੀ ਚੱਲੋ ਫਟੇ, ਅੱਜ ਆਨੰਦ ਲੈਣਾ ਹੈ ਤੁਸੀਂ। ਨੀ ਸਾਡੀ ਅੜਗੀ ਕਰਾਰੀ ਹੋ ਲਾਉਣੀ ਤੇਰੇ ਨਾਲ ਯਾਰੀ।
ਥੋੜ੍ਹੀ ਜਿਹੀ ਮੇਨ ਮੈਕ ਆਵਾਜ਼ ਅੱਗੇ ਦੇ ਦਿਓ, ਇੱਕ ਦੂਜੇ ਨਾਲ ਤੰਗ ਨਾ ਕਰੋ, ਜੇ ਖੜ ਕੇ ਜੇ ਦੇਖ ਸਕਦੇ ਨਜ਼ਾਰਿਆਂ ਨਾਲ ਲੈਂਦੇ ਰਹੋ। ਤੁਸੀਂ ਸਾਰੇ ਸਿਰ ਦਾ ਤਾਜ ਹੋ, ਇੱਕ ਆਪਦੇ ਨਾਂ ਦੀ ਤਾੜੀ ਮਾਰੋ। ਕਲਾਕਾਰਾਂ ਨੂੰ, ਫਨਕਾਰਾਂ ਨੂੰ, ਸਰਕਾਰਾਂ ਨੂੰ ਬਣਾਉਣ ਵਾਲੇ ਤੁਸੀਂ ਲੋਕ ਹੋ, ਤੁਹਾਡਾ ਪਿਆਰ ਆ, ਤੁਹਾਡੀ ਮੁਹੱਬਤ ਹੈ। ਦੇ ਨੇ ਝੋਨਾ ਲਾਇਆ ਹੋਵੇ, ਰੱਬ ਮੀਂਹ ਨਾ ਪਾਉਂਦਾ ਹੋਵੇ, 90 ਰੁਪਏ ਲੀਟਰ ਦਾ ਮੱਚੀ ਜਾਂਦਾ ਹੋਵੇ, ਕਾਲ ਦਾ ਹੀ ਮੱਚਦਾ ਹੁੰਦਾ। ਰੱਬ ਦੇ ਬੰਦੇ ਦਾ ਜੋਰ ਨਹੀਂ ਚੜਦਾ, ਨੀ ਬਾਨੀ ਬੰਦਾ ਬੰਦੇ 'ਚ ਟੱਕਰਾ ਮਾਰਦਾ ਤੇ ਕੀ ਕਹਿੰਦਾ। ਲਓ ਜੀ ਸੁਣ ਕੇ ਜ਼ਰਾ।
ਕੇ ਹੋ ਜੀਏ।